ओम ग्लोबल 2021-22 फेसबुक पेज देख लो, इंस्टाग्राम पेज देख लो, अमरीका 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 और सिर्फ अमरीका स्टूडेंट वीजा। 2021 सब तो ज्यादा वीजा लिया, 22 चलिया, 23 सब तो ज्यादा वीजा से यूएसए का लाने। एक बब्बू मान ने अमरीका अमरीका कराई सी, एक ओम ग्लोबल ने करवाती अमरीका अमरीका। तीन वर्ड ने, 2 to 3 मिनट इंग्लिश। जेड़ा बच्चा ये क्लियर कर सकता वो बच्चा वीजा ले सकता। पर 47,500 च कहिंदे जी दुबई का वीजा नहीं मिलता, 47,500 दे विच पासपोर्ट दा वीजा किवें लगदा? ओम ग्लोबल तुहाडी एप्लीकेशन F1 कैटेगरी च अप्लाई करेगा, प्रॉपर स्टूडेंट वीजा कैटेगरी जिहदे च 5 साल का बच्चे नूं वीजा मिलता। 47,500 ਦੇ ਵਿੱਚ ਅਮਰੀਕਾ ਦਾ ਸਟੂਡੈਂਟ ਵੀਜ਼ਾ ਤੁਸੀਂ ਵੀ ਆਪਣੇ ਪਾਸਪੋਰਟ 'ਤੇ ਲੈ ਸਕਦੇ ਹੋ। ਜਿਵੇਂ ਬਾਂਟੇ ਖੇਡੀ ਦੇ ਸੀ ਨਾ, ਬਾਂਟੇ ਖੇਡ ਕੇ ਇੱਦਾਂ ਕਰਕੇ ਬਾਂਟੇ ਸੁੱਟੋ, 10 ਕੁ ਬਾਂਟੇ ਸੁੱਟੋ, 2-4 ਪੈ ਗਏ ਅਤੇ 2 ਵੀਜ਼ੇ ਆ ਗਏ। ਉਹ ਉਸੇ ਤਰ੍ਹਾਂ 10-12 ਬੱਚੇ ਮੈਸੀ ਪੇਸ਼ ਕਰਾਓ ਅਤੇ 2-4 ਵੀਜ਼ੇ ਆ ਗਏ ਅਤੇ ਬੱਲੇ ਬੱਲੇ ਖੱਟ ਲਈ। ਕੈਨੇਡਾ ਤੋਂ ਰਿਫਿਊਜ਼, ਬਹੁਤ ਰਿਫਿਊਜ਼ ਵੇਖ ਲਏ ਮੈਂ, ਆਸਟ੍ਰੇਲੀਆ ਤੋਂ ਵੀ ਰਿਫਿਊਜ਼ ਹੋ ਗਏ, ਕੁਛ ਇੱਕ ਤਾਂ ਚਲੋ ਜਿੰਨਾ ਕਿਸਮਤ ਮਾੜੀ ਸੀ ਉਹ ਇੰਗਲੈਂਡ ਤੋਂ ਵੀ ਰਿਫਿਊਜ਼ ਹੋ ਗਏ। ਇਹ ਸਾਰੇ ਰਿਫਿਊਜ਼ਲਾਂ ਵਾਲਿਆਂ ਨੂੰ ਅਮਰੀਕਾ ਦਾ ਵੀਜ਼ਾ ਮਿਲ ਜੂਗਾ। ਸਾਡੇ ਕੋਲ ਆਓ, ਅਸੀਂ ਯੂਐਸਏ ਦਾ ਵੀਜ਼ਾ ਲਵਾ ਕੇ ਦਾਂਗੇ ਅਤੇ ਸਾਰੀ ਫੀਸ ਬੱਚਾ ਉਦੋਂ ਦਿੰਦਾ ਜਦੋਂ ਬੱਚੇ ਦਾ ਵੀਜ਼ਾ ਗ੍ਰਾਂਟ ਹੋ ਜਾਂਦਾ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ। ਅੱਜ ਓਮ ਗਲੋਬਲ ਤੋਂ ਰਿੱਕੀ ਸੰਧੂ ਹੁਣਾਂ ਨੂੰ ਖਾਸ ਤੌਰ 'ਤੇ ਮਿਲਣ ਆਏ ਸੀ ਔਰ ਇਹ ਓਮ ਗਲੋਬਲ ਉਹ ਕੰਪਨੀ ਜਿਹਨੇ 2021-22 ਦੇ ਵਿੱਚ ਅਮਰੀਕਾ ਸਟੂਡੈਂਟ ਵੀਜ਼ਾ ਦੇ ਸਭ ਤੋਂ ਵੱਧ ਵੀਜ਼ੇ ਲਵਾਏ। ਸੋ ਇਹ ਅਸੀਂ ਨਹੀਂ ਕਹਿੰਦੇ, ਇਹਨਾਂ ਦਾ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਜਾ ਕੇ ਦੇਖੋ, ਬਹੁਤ ਸਾਰੇ ਕੰਸਲਟੈਂਟ ਪੰਜਾਬ 'ਚ ਕਹਿ ਰਹੇ ਜੀ ਅਸੀਂ ਵੀਜ਼ੇ ਲਵਾਤੇ, ਬੱਚੇ ਕਿੱਥੇ ਆ, ਸਟੂਡੈਂਟ ਕਿੱਥੇ ਆ, ਪਾਸਪੋਰਟਸ ਕਿੱਥੇ ਆ। ਓਮ ਗਲੋਬਲ ਦਾ 2021-22 ਦੇ ਵਿੱਚ ਫੇਸਬੁੱਕ ਪੇਜ ਦੇਖ ਲਓ, ਇੰਸਟਾਗ੍ਰਾਮ ਪੇਜ ਦੇਖ ਲਓ, ਅਮਰੀਕਾ 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 ਔਰ ਸਿਰਫ ਅਮਰੀਕਾ ਸਟੂਡੈਂਟ ਵੀਜ਼ਾ। ਅਪੁਆਇੰਟਮੈਂਟਸ ਦੀ ਪ੍ਰੋਬਲਮ ਆਈ, ਸਟੂਡੈਂਟ ਘੱਟ ਅੰਬੈਸੀ ਪੇਸ਼ ਹੋਏ, ਪਰ ਹੁਣ ਜਦੋਂ ਇਹਨਾਂ ਕੋਲ ਪਹੁੰਚੇ ਤਾਂ ਕਹਿੰਦੇ ਜੀ ਬਹੁਤ ਸਾਰੀਆਂ ਅਪੁਆਇੰਟਮੈਂਟਸ ਆ, ਬਹੁਤ ਸਾਰੀ ਅਮਰੀਕਾ ਦੀ ਫਾਈਲਸ ਇੱਕ ਵਾਰ ਫਿਰ ਤੋਂ ਇਹਨਾਂ ਦੇ ਕੋਲ ਆ, ਜਿਨ੍ਹਾਂ ਦੇ ਬਹੁਤ ਜਲਦੀ ਰਿਜ਼ਲਟਸ ਵੀ ਦੇਣਗੇ। ਹੁਣ ਉਹ ਬੱਚੇ ਜਿਹੜੇ ਰਹਿ ਗਏ, ਖੁੰਝ ਗਏ, ਨਹੀਂ ਅਪਲਾਈ ਕਰ ਸਕੇ, ਉਹ ਅਮਰੀਕਾ ਕਿਵੇਂ ਜਾ ਸਕਦੇ ਆ, ਕਿੰਨਾ ਕੁ ਖਰਚਾ ਹੋ ਜਾਂਦਾ ਹੈ, ਕੀ ਅਮਰੀਕਾ ਵੀਜ਼ਾ ਦੇਣ ਲੱਗਿਆ ਦੇਖਦਾ, ਉਹਦੇ ਬਾਰੇ ਚਰਚਾ ਕਰਾਂਗੇ ਰਿੱਕੀ ਸੰਧੂ ਹੁਣਾਂ ਨਾਲ। ਓਮ ਗਲੋਬਲ ਤੋਂ, ਓਮ ਗਲੋਬਲ ਤੋਂ ਰਿੱਕੀ ਸੰਧੂ ਸਾਡੇ ਨਾਲ ਨੇ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਸੋ ਸੰਧੂ ਸਾਹਿਬ, 2021-22 ਅਮਰੀਕਾ ਅਮਰੀਕਾ ਕਰਵਾਤੀ ਓਮ ਗਲੋਬਲ ਨੇ ਜੀ, ਇੱਕ ਬੱਬੂ ਮਾਨ ਨੇ ਅਮਰੀਕਾ ਅਮਰੀਕਾ ਕਰਾਈ ਸੀ, ਇੱਕ ਓਮ ਗਲੋਬਲ ਨੇ ਕਰਵਾਤੀ ਅਮਰੀਕਾ ਅਮਰੀਕਾ। ਹੁਣ 23 ਦੇ ਵਿੱਚ ਕੀ ਲੈ ਕੇ ਆਏ ਆਪਾਂ? ਸੋ ਜਿੱਦਾਂ 2021 ਪੈਟਰਨ ਸੀਗਾ, 2022 ਸੀ, ਸੇਮ ਐਜ਼ ਇਟ ਇਜ਼ 2023 ਵੀ ਚੱਲੇਗਾ। ਅਪੁਆਇੰਟਮੈਂਟਸ ਨੂੰ ਲੈ ਕੇ ਥੋੜ੍ਹਾ ਜਿਹਾ ਸਟੋਪ ਜ਼ਰੂਰ ਲੱਗਾ ਸੀਗਾ ਕਿ ਐਮਬੈਸੀ ਨੇ ਥੋੜ੍ਹੀਆਂ ਜਿਹੀਆਂ ਅਪੁਆਇੰਟਮੈਂਟਸ 'ਤੇ ਰੋਕ ਲਾਈ, ਅਗੇਨ ਕੰਟੀਨਿਊ ਚੀਜ਼ਾਂ ਚੱਲ ਚੁੱਕੀਆਂ। ਜਿੱਦਾਂ 2021 ਸਭ ਤੋਂ ਜ਼ਿਆਦਾ ਵੀਜ਼ਾ ਲਿਆ, 22 ਚੱਲਿਆ, ਅਤੇ 23 ਦੇ ਵਿੱਚ ਸਭ ਤੋਂ ਜ਼ਿਆਦਾ ਵੀਜ਼ਾ ਸੀ ਯੂਐਸਏ ਦਾ ਲਾਂਗੇ ਜੀ। ਸੋ ਕਹਿੰਦੇ ਅਮਰੀਕਾ ਐਮਬੈਸੀ ਵੀਜ਼ਾ ਦੇਣ ਲੱਗਿਆਂ ਬਹੁਤੇ ਕਾਗਜ਼ ਨਹੀਂ ਚੈੱਕ ਕਰਦੀ, ਉਹ ਕਹਿੰਦੇ ਜੀ ਬਿਨਾਂ ਆਈਲੈਟਸ ਆ ਤਾਂ ਵੀ ਆ ਜਾਓ, ਆਈਲੈਟਸ 6 ਬੈਂਡ ਆ ਤਾਂ ਵੀ ਆ ਜਾਓ, 55% ਨੰਬਰ ਆ ਤਾਂ ਵੀ ਆ ਜਾਓ, ਸਿੰਗਲ ਹੋ ਤਾਂ ਵੀ ਆ ਜਾਓ, ਸਪਾਊਸ ਹੋ ਤਾਂ ਵੀ ਆ ਜਾਓ, ਪੜ੍ਹਾਈ ਛੱਡੀ ਨੂੰ 5-7 ਸਾਲ ਦਾ ਗੈਪ ਹੋ ਗਿਆ, 10 ਸਾਲ ਵੀ ਹੋ ਗਏ 12ਵੀਂ ਤੋਂ ਬਾਅਦ ਤਾਂ ਵੀ ਆ ਜਾਓ, ਕਹਿੰਦੇ ਜੀ ਵੀਜ਼ਾ ਦੇ ਦਾਂਗੇ। ਬਸ ਆ ਕੇ ਤੁਸੀਂ ਸੱਚ ਬੋਲਣਾ, ਅਮਰੀਕਾ ਕਿਉਂ ਜਾਣਾ, ਕਿਹੜੀ ਯੂਨੀਵਰਸਿਟੀ ਜਾਣਾ, ਤੁਹਾਡੇ ਕੋਲ ਪੈਸਾ ਕਿੱਥੋਂ ਆਇਆ, ਕੀ ਇਹ ਸੱਚ ਹੈ 3 ਚੀਜ਼ਾਂ ਦਾ ਵੀਜ਼ਾ ਮਿਲ ਜਾਂਦਾ? ਬਿਲਕੁਲ, ਦੇਖੋ ਸੱਚ ਹੈ ਜੀ, ਅੰਬੈਸੀ ਦੀ ਇੰਟਰਵਿਊ 2 to 3 ਮਿੰਟ ਦੀ ਹੁੰਦੀ ਹੈ, ਉਹਦੇ ਵਿੱਚ ਜਿਹੜੀ ਚੀਜ਼ ਦੇਖਣ ਵਾਲੀ ਹੈ, 2 to 3 ਮਿੰਟ ਜਿਹੜਾ ਸਟੂਡੈਂਟ ਅੰਗਰੇਜ਼ੀ ਬੋਲ ਸਕਦਾ, ਇੰਗਲਿਸ਼ 'ਚ ਆਨਸਰ ਕਰ ਸਕਦਾ, ਉਹਨੂੰ ਵੀਜ਼ਾ ਮਿਲੇਗਾ। ਵੀਜ਼ਾ ਆਫੀਸਰ ਪੁੱਛਦਾ ਕਿਹੜੀ ਯੂਨੀਵਰਸਿਟੀ ਜਾਣਾ, ਕਿਹੜੇ ਕੋਰਸ 'ਤੇ ਜਾਣਾ, ਜਾਂ ਫਾਈਨੈਂਸ਼ੀਅਲ ਤੁਹਾਨੂੰ ਫੰਡਿੰਗ ਕੌਣ ਕਰ ਰਿਹਾ। ਅਗਰ ਤੁਹਾਡੇ ਕੋਲ ਇਹਦਾ ਆਨਸਰ ਕੌਨਫੀਡੈਂਸ ਨਾਲ ਦੇ ਸਕਦੇ ਹੋ, ਤਾਂ ਤੁਸੀਂ ਵੀ 47,500 ਰੁਪਏ ਦੇ ਵਿੱਚ ਯੂਐਸਏ ਦਾ ਵੀਜ਼ਾ ਹਾਸਲ ਕਰ ਸਕਦੇ। ਬੈਂਡ ਬੂਟ ਕਿੰਨੇ ਚਾਹੀਦੇ? 6-7 ਬੈਂਡ ਚਾਹੀਦੇ ਆ, ਘੱਟ ਵਾਲਾ ਵੀ ਚੱਲ ਜਾਊਗਾ। ਹਰ ਇੱਕ ਯੂਨੀਵਰਸਿਟੀ ਦੀ ਆਪਣੀ ਆਪਣੀ ਰਿਕੁਆਇਰਮੈਂਟ ਹੈ, ਕਈ ਯੂਨੀਵਰਸਿਟੀਜ਼ ਐਸੀ ਹੈ ਕਿ 6-6.5 ਬੈਂਡ ਰਿਕੁਆਇਰ ਕਰਦੀ, ਕਈ ਐਸੀ ਯੂਨੀਵਰਸਿਟੀਜ਼ ਵੀ ਹੈ ਜਿਹੜੀ ਵਿਦਾਊਟ ਆਇਲਸ ਐਡਮਿਸ਼ਨ ਦਿੰਦੀਆਂ। ਅਤੇ ਮੈਂ ਸੁਣਿਆ ਕਹਿੰਦੇ ਅਮਰੀਕਾ 'ਚ ਕੋਈ ਐਸੀਆਂ ਯੂਨੀਵਰਸਿਟੀਆਂ ਕਹਿੰਦੀ ਜੀ 5 ਬੈਂਡ ਹੈਗੇ ਤਾਂ ਵੀ ਆ ਜਾਓ। ਬਿਲਕੁਲ ਸਰ, ਹਰ ਇੱਕ ਦਾ ਆਪਣਾ ਆਪਣਾ ਕ੍ਰਾਈਟੀਰੀਆ। ਕਈ ਐਸੀ ਯੂਨੀਵਰਸਿਟੀ ਜਿਹਨੇ 6.5 ਤੋਂ ਥੱਲੇ ਬੈਂਡ ਨਹੀਂ ਲੈਣੇ, ਐਸੀ ਯੂਨੀਵਰਸਿਟੀ ਜਿਹੜੀ 5 ਦੇ ਐਡਮਿਸ਼ਨ ਦੀਆਂ, ਅਤੇ ਐਸੀ ਯੂਨੀਵਰਸਿਟੀਜ਼ ਵੀ ਹੈ ਜਿਹੜੀ ਵਿਦਾਊਟ ਆਇਲਸ ਐਡਮਿਸ਼ਨ ਦਿੰਦੀਆਂ। ਹਰ ਇੱਕ ਯੂਨੀਵਰਸਿਟੀ ਦਾ ਕ੍ਰਾਈਟੀਰੀਆ ਆਪਣਾ ਆਪਣਾ, ਹਰ ਬੱਚੇ ਲਈ ਅੱਜ ਸਾਡੇ ਕੋਲ ਆਪਸ਼ਨ ਹੈਗੀ, ਚਾਹੇ ਉਹ 6 ਬੈਂਡ ਹੈ, ਚਾਹੇ 5 ਬੈਂਡ ਹੈ, ਚਾਹੇ ਵਿਦਾਊਟ ਆਇਲਸ ਹੈ, ਬਿਲਕੁਲ ਯੂਐਸਏ ਵੀਜ਼ਾ ਅਪਲਾਈ ਕਰ ਸਕਦੇ ਹਾਂ। ਕ੍ਰਾਈਟੀਰੀਆ ਕੀ ਹੈ ਵੀਜ਼ਾ ਮਿਲਣ ਦਾ? ਕੋਈ ਬੈਂਚਮਾਰਕ ਹੈ ਵੀਜ਼ਾ ਮਿਲਣ ਦਾ ਕਿ ਯਾਰ ਇਹ ਬੱਚੇ ਕੋਲ ਇੰਨੀ ਕੁਆਲੀਫਿਕੇਸ਼ਨ ਹੈਗੀ ਆ, ਜਾਂ ਇੰਨਾ ਐਕਸਪੀਰੀਅੰਸ ਹੈਗਾ, ਜਾਂ ਇੰਨੇ ਬੈਂਡ ਹੈਗੇ ਤਾਂ ਹੀ ਵੀਜ਼ਾ ਮਿਲਣਾ ਹੈ? ਜਾਂ ਫਿਰ ਬਹੁਤੇ ਕੰਸਲਟੈਂਟ ਨੂੰ ਜਿਹੜੇ ਆਪਣੇ ਆਪ ਨੂੰ ਅਮਰੀਕਾ ਦਾ ਮਾਹਰ ਕਹਿੰਦੇ ਆ, ਇਹ ਕਹਿੰਦੇ ਆ, ਸੁਣਿਆ ਕਹਿੰਦੇ ਜੀ ਜਿਵੇਂ ਬਾਂਟੇ ਖੇਡੀ ਦੇ ਸੀ ਨਾ, ਬਾਂਟੇ ਖੇਡ ਕੇ ਇੱਦਾਂ ਕਰਕੇ ਬਾਂਟੇ ਸੁੱਟੋ, 10 ਕੁ ਬਾਂਟੇ ਸੁੱਟੋ, 2-4 ਪੈ ਗਏ ਅਤੇ 2 ਵੀਜ਼ੇ ਆ ਗਏ। ਉਹ ਉਸੇ ਤਰ੍ਹਾਂ 10-12 ਬੱਚੇ ਮੈਸੀ ਪੇਸ਼ ਕਰਾਓ ਅਤੇ 2-4 ਵੀਜ਼ੇ ਆ ਗਏ ਅਤੇ ਬੱਲੇ ਬੱਲੇ ਖੱਟ ਲਈ, ਕੀ ਇੱਦਾਂ ਇੱਦਾਂ ਹੀ ਹੁੰਦਾ? ਕੋਈ ਬੈਂਚਮਾਰਕ ਨਹੀਂ ਹੈ, 3 ਵਰਡ ਨੇ, 2 to 3 ਮਿੰਟ ਇੰਗਲਿਸ਼। ਜਿਹੜਾ ਬੱਚਾ ਇਹ ਕਲੀਅਰ ਕਰ ਸਕਦਾ ਉਹ ਬੱਚਾ ਵੀਜ਼ਾ ਲੈ ਸਕਦਾ। ਫਿਰ ਬੰਟੇ ਚਾਹੇ 10 ਸੈੱਟ ਲਓ, ਭਾਵੇਂ 5 ਸੈੱਟ ਲਓ, ਭਾਵੇਂ 2 ਸੈੱਟ ਲਓ, ਉਹਨੂੰ ਵੀਜ਼ਾ ਮਿਲੇਗਾ। 2 to 3 ਮਿੰਟ ਜਿਹੜਾ ਇੰਗਲਿਸ਼ 'ਚ ਗੱਲ ਕਰ ਸਕਦਾ, ਸੱਚ ਬੋਲ ਕੇ ਉਹ ਵੀਜ਼ਾ ਲੈ ਸਕਦਾ ਜੀ। ਹੋਰ ਕੋਈ ਪੈਰਾਮੀਟਰ ਨਹੀਂ ਇਹ 'ਚ ਵੀਜ਼ਾ ਲੈਂਦਾ। 21-22 ਦੇ ਵਿੱਚ ਤਾਂ ਬੱਲੇ ਬੱਲੇ ਕਰਾਤੀ ਅਮਰੀਕਾ ਦੀ, ਹੁਣ 23 ਦੇ ਵਿੱਚ ਕੀ ਕਰਨਾ? 21-22 ਦਾ ਜੋ ਪੈਟਰਨ ਸੀਗਾ, ਜ਼ਰੂਰ ਵੀਜ਼ਾ ਲਏ, ਬੱਲੇ ਬੱਲੇ ਹੋਈ ਹੈ, ਅਤੇ ਇਸ ਵਾਰੀ ਉਸ ਤੋਂ ਵੱਧ ਕੇ ਕਰਾਂਗੇ, ਕਿਉਂਕਿ ਇਸ ਟਾਈਮ
अपॉइंटमेंट्स पहले जरूर बंद सी बट हुण असीं अपॉइंटमेंट चक सके हैं। रिजल्ट जल्दी तुहानू साडे सोशल मीडिया प्लेटफॉर्म ते देखण नू मिलेगा और विद स्टूडेंट आवांगे वीजा दिखावांगे। अच्छा एक ये भी कहिंदे कहिंदे अमरीका दे विच जे पढ़न जाना है तो कनेडा को साल की फीस पहला नहीं देनी पैंती, इंग्लैंड साल की फीस पहला मंगता है, आस्ट्रेलिया छे महीने फीस पहला मंगता है, कहते जी अमरीका फीस ही नहीं मंगता, फीस कहता अमरीका पहुँच के दे दो। अमरीका स्टूडेंट वीजा अगर कोई विद्यार्थी जाना चाहता 47,500 रुपया देकर स्टूडेंट वीजा हासिल कर सकता है, तो फीस देगा बच्चा वीजा लगन तो बाद। रिपीट करूंगा 47,500 रुपए के बच्चे तुम भी यूएसए का वीजा हासिल कर सकते हो तो फीस दे सकते हो वीजा लगन तो बाद। पर 47,500 कहते जी दुबई का वीजा नहीं मिलता, सिंगापुर भी पढ़न जाना है तो कहते सिंगापुर भी 3-4 लाख रुपया लग जाता है, साइप्रस पढ़न जाना है कहते साइप्रस भी 5-6 लाख लग जाता है, तो 47,500 के पासपोर्ट का वीजा कैसे लग जाए। सो यूएसए का अपना पैटर्न है, जो गवर्नमेंट फीस जाती है जी I-20 और MSc जाती है बच्चे की, सो वो सरकारी फीस दे के बच्चा वीजा ले सकता है। कॉलेज यूनिवर्सिटी की फीस उदो जानी जो बच्चे का वीजा लग जूगा। सो इस तो पहले के खर्चे की गल करिए 47,500 लगता है, जिदे 47,500 खर्च के बच्चा अपना वीजा हासिल कर सकता। अच्छा जो कनेडा तो रिफ्यूज बहुत रिफ्यूज वेख लें, आस्ट्रेलिया तो भी रिफ्यूज हो गए कुछ, एक तो चलो जिंदा किस्मत माड़ी से इंग्लैंड तो भी रिफ्यूज हो गए, ये सारे रिफ्यूजल वाले अमरीका का वीजा मिल जूगा। तुम फस्ट टाइम अपलाई करना चाहते हो या ऑलरेडी ऑस्ट्रेलिया कैनेडा न्यूजीलैंड या यूके वर्गी कंट्रियां तो रिफ्यूज़ हो साढ़े को आओ, असं यूएसए का वीजा लगा के देंगे तो सारी फीस बच्चा उदो दिता जो बच्चे का वीजा ग्रांट हो जाता है। इनटेक कड़ा अगला मिलेगा बच्चा, ऑगस्ट इनटेक, ऑगस्ट इनटेक अवेलेबल है, सितंबर इनटेक अवेलेबल है, लिमिटेड जी सीट्स है। सो जो बच्चे आ दो इनटेक अपनी एप्लीकेशन अपलाई करना चाहते हैं हुण तो अपनी एप्लीकेशन अपलाई कर सकते हो जी। अच्छा ये भी सुनने मिले कहते जी अमरीका ने अनाउंसमेंट की कि असी एक साल के 10 लाख वीजा देवे, सो ये सच 10 लाख वीजा वाकई दूगा अमरीका। 2016 चीज़ शुरू हुई सी, सब तो वह असी वीजा लिया रज के यूएसए ने वीजा दिता, उही पैटर्न 2021-22 आया तो इन्ह सारू बीट करते हुए 2023 जो कि गवर्नमेंट की ओफिशियल अनाउंसमेंट सी कि 2023 10 लाख तो वह एप्लीकेशन से वीजा ग्रांट करा, मतलब जिहड़े एजेंट कहिंदे कि भंटे सुट्टो ऐतकी दसां दे विचों 10 भंटे खुद च पैणगे जी। और एक होर चीज़ फंड किन्ने क चाहिए, कहिंदे जी अमरीका लई फंड बहुत चाहिए होंदे, इन्ने फंड कोई खासा फंड नहीं है जी, 25-28 लाख रुपया फंड चाहिए और रीसेंट भी एक्सैप्टेबल है फंडा नूं लैके कोई दिक्कत नहीं। जे कोई डाउट है या कोई एजेंट कहिंदा कि 3-4 लाख रुपया फंडा तो लगेगा साढ़े को आ जाओ असी तुहाडी एप्लीकेशन करावांगे दसांगे कि किदां तुहाडे ही फंड चलूगे। अच्छा ये भी कहिंदे कहिंदे जी अमरीका दे विच फंड बच्चे दे नाम ते हो जाण तां वी चलणगे, माँ प्यो दे नाम ते तां वी चलणगे, भैण भरा दे नाम ते तां वी चलणगे, चाचा ताया मामा भूआ फुफड़ किसी गुआढ़ी के नाम से फंड कहिंदे उह वी चल जाणगे, सारे फंड चलणगे, इदां दी कोई पैरामीटर नहीं गा। अगर किसी ने वीजा लैना है चल जूगे तो लगूगे, वीजा नहीं लगूगा हुण चलाने हैं तुम रिश्तेदार के भी ले लो यार दोस्त के भी ले लो बट वीजा नहीं मिलता, प्रोबेबिलिटी घट जाएगी। जे वीजा लेना चाहते जे तुहाडे आप दे परिवार को तुहाडा खर्चा चलन का पैसा नहीं है ऑफिसर वीजा नहीं देगा, सो वो हिसाब होगा कि 10 घंटे बाद 2 बजे पै गए ओके। जे तुहाडे अपने परिवारक मैंबर चाहे मदर फादर को है सिबलिंग्स के कोल है या तुहाडे आप दे कोल है वो फंड लगाओ और ते वीजा मिलता है बिल्कुल एक्सैप्टेबल है। कई लोग कहते हैं कि 10 लाख फादर को 5 लाख मदर को 10 लाख बच्चे को नहीं चलते 3 अकाउंट बिल्कुल चलते हैं साढ़े को असी तुहाडी एप्लीकेशन प्रोसैस करा। अच्छा चलो कहते गैप वाले वीजा मिलता 10 साल का गैप तभी वीजा मिलेगा, आईलैट्स नहीं की तभी वीजा मिलेगा, 47,500 च वीजा मिलेगा, रिफ्यूज हो कनेडा तो यूके तो अमरीका तो भी रिफ्यूज हो तभी वीजा मिलेगा, कागज किन्ने चाहिए कि कागज चाहिए दे। देखो अकैडमिक्स रिक्वायर रहेंगे बच्चे का, पासपोर्ट लैटर ऑफ रिकमेंडेशन और मीडियम ऑफ इंस्ट्रक्शन जो विदाउट आइलस बच्चा, इस अलावा तो फंड चाहिए है और कोई लंबी चौड़ी एक्सप्लेनेशन नहीं चाहिए। गैप जेडे बच्चे का हैगा वह जस्टिफिकेशन रिक्वायर्ड रहेगा, ये छोटे मोटे कागजात की जी चैकलिस्ट हैगी है चाहिए है। जे बच्चे को अरेंज है 2-3 मिनट अंग्रेजी बोल सकते हो तो तुम भी यूएसए का वीजा लै सकते, मतलब ये कह दिए कि कोई भी बच्चा विद्यार्थी जो सूँ वेख रहा इस वे जे वो 2 मिनट अंग्रेजी बोल सकता वीजा अफसर के सामने जाके तो वीजा लै सकता है, 45% नंबर आ गैप आईलैट्स हैगी है नहीं हैगी घट पैसे है वो वीजा लै सकता सिर्फ जो 2 मिनट बोल सकता है, सारे बच्चे जा सकते हैं, सिंगल जाएंगे कि स्पाउस भी ना जा सकता, सिंगल एप्लीकेशन करना चाहते हो वो भी अपलाई कर सकते हो। जे तुसी कहने कि स्पाउस नू नाल लेके जाना चाहते हो नाल भी कर सकते हो, वीजा ग्रांट होने तो बाद भी कर सकते हो, हर एक तरह की ऑप्शन अवेलेबल है। और ओम ग्लोबल तुहाडी एप्लीकेशन F1 कैटेगरी च अपलाई करेगा, प्रॉपर स्टूडेंट वीजा कैटेगरी जिस 5 साल का बच्चे नू वीजा मिलता, नॉर्मली लोग की करते जे और M कैटेगरी च अपलाई करते चांसिस घट जाएंगे, F1 च अपलाई करावांगे।
5 साल का वीजा तुहानू मिलेगा, F2 च अपलाई करांगे 5 साल का वीजा स्पाउस नू मिलेगा, बिल्कुल अपलाई कर सकते हो जी। 47,500 दे विच अमरीका का स्टूडेंट वीजा तुसी भी अपने पासपोर्ट ते लै सकते हो। ओम ग्लोबल दे रिजल्ट 2021-2022 च सब तो वध वीजे लवाउण वाली कंपनी ओम ग्लोबल अमरीका का स्टूडेंट वीजा। हुण 2023 दे विच वी रिजल्ट तुहानू बहुत जल्दी विखाए जाणगे। जेकर तुसी 12वीं पास हो, ग्रैजुएट हो, पोस्ट ग्रैजुएट हो, आइल्स कीती है नहीं कीती, स्टडीज गैप पै गया, पैसे अमरीका पहुँच के यूनीवर्सिटी देना चाहते हो या वीज़ा लगन तो बाद देना चाहते हो, 47,500 भी वीज़ा लै सकते हो। ओम ग्लोबल के किसी भी दफ्तर विजिट कर लो, जलंधर, बठिंडा, अमृतसर, चंडीगढ़ या फिर पेवा, और अपने अमरीका जाने के सुपने पूरे करो। सब बहुत बहुत शुक्रिया जी। थैंक यू जी।